ਕਰਨ ਸਿੰਘ ਸਿਰਿਆ ਜੀ ਦਾ ਕਰੈਕਟਰ ਮੇਰੇ ਹਿੱਸੇ ਆਇਆ, ਉਹਦੀ ਲੱਚਰਤਾ ਦੀ ਜੋ ਗਾਇਕੀ ਸੀ ਉਹਨੂੰ ਸੁਧਾਰਨ ਦੇ ਵਿੱਚ ਉਹ ਬਹੁਤ ਅਹਿਮ ਰੋਲ ਨਿਭਾਉਂਦਾ। ਬਾਬਾ ਤੇਰਾ ਨਨਕਾਣਾ, ਉਹ ਖੁਦ ਉਹਨੂੰ ਗਾਣਾ ਇੱਕ ਲਿਖ ਕੇ ਵੀ ਦਿੰਦੇ ਆ, ਅਤੇ ਜਿਹਦੇ ਨਾਲ ਉਹਦੀ ਇੱਕ ਰਿਲੀਜੀਅਸ ਸੌਂਗ ਦੀ ਜਰਨੀ ਸਟਾਰਟ ਹੁੰਦੀ। ਮੈਂ ਬੜਾ ਖੁਸ਼ ਨਸੀਬ ਹਾਂ, ਮੈਂ ਗੁਰਨਾਮ ਦਾਸ ਜੀ ਨਵੀਂ ਅੰਮ੍ਰਿਤਸਰ ਤੋਂ ਹਾਂ, ਅਤੇ ਮੁੰਬਈ ਦੇ ਵਿੱਚ ਮੈਨੂੰ ਮਹਾਰਾਜ ਨੇ ਕੰਮ ਬਖਸ਼ਿਆ, ਕੰਮ ਕਰ ਰਿਹਾ। ਅਤੇ ਚਮਕੀਲਾ ਫਿਲਮ ਦੀ ਰਿਲੀਜ਼ ਤੋਂ ਬਾਅਦ ਮੈਂ ਪਹਿਲੀ ਵਾਰੀ ਇੱਥੇ ਅੰਮ੍ਰਿਤਸਰ ਆਇਆ। ਬੜਾ ਖੁਸ਼ ਨਸੀਬ ਹਾਂ ਜੀ, ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆ ਰਹੀ ਹੈ। ਸਵਰਨ ਸਿੰਘ ਸਿਰਿਆ ਜੀ ਦਾ ਕਰੈਕਟਰ ਮੇਰੇ ਹਿੱਸੇ ਆਇਆ, ਮੈਨੂੰ ਲੱਗਦਾ ਕਿ ਵੀ ਇਹ ਬਹੁਤ ਸੋਹਣਾ ਕਰੈਕਟਰ ਹੈ, ਅੱਜ ਤੱਕ ਕਿਸੇ ਵੀ ਸਰਦਾਰ ਦੇ ਹਿੱਸੇ ਨਹੀਂ ਆਇਆ। ਮੈਂ ਸ਼ੁਕਰ ਗੁਜ਼ਾਰ ਹਾਂ ਮਹਾਰਾਜ ਦਾ। ਇਸ ਕਿਰਦਾਰ ਬਾਰੇ ਦੱਸੋ ਥੋੜ੍ਹਾ ਜਿਹਾ ਬਰੀਫਲੀ। ਇਹ ਕਿਰਦਾਰ ਹੈ ਜੀ, ਜਦੋਂ ਚਮਕੀਲਾ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਸੀ, ਅਤੇ ਸਵਰਨ ਸਿੰਘ ਸਿਰਿਆ ਉਸ ਟਾਈਮ 'ਤੇ ਉਹਦੀ ਲਾਈਫ ਦੇ ਵਿੱਚ ਆਉਂਦਾ, ਜਿਸ ਟਾਈਮ ਉਹਨੂੰ ਉਹਦੀ ਜ਼ਿੰਦਗੀ ਨੂੰ ਜਾਨ ਨੂੰ ਖਤਰਾ ਵੀ ਸੀ, ਅਤੇ ਉਹਦੀ ਲੱਚਰਤਾ ਜੀ ਜੋ ਗਾਇਕੀ ਸੀ ਉਹਨੂੰ ਸੁਧਾਰਨ ਦੇ ਵਿੱਚ ਉਹ ਬਹੁਤ ਅਹਿਮ ਰੋਲ ਨਿਭਾਉਂਦਾ, ਉਹਨੂੰ ਮਾਫ਼ੀ ਦਿਲਵਾਉਣ ਦੇ ਵਿੱਚ। ਉਸ ਤੋਂ ਉਪਰੰਤ ਉਸ ਤੋਂ ਬਾਅਦ ਉਹ ਬਾਬਾ ਤੇਰਾ ਨਨਕਾਣਾ, ਉਹ ਖੁਦ ਉਹਨੂੰ ਗਾਣਾ ਇੱਕ ਲਿਖ ਕੇ ਵੀ ਦਿੰਦੇ ਆ, ਅਤੇ ਜਿਹਦੇ ਨਾਲ ਉਹਦੀ ਇੱਕ ਰਿਲੀਜੀਅਸ ਸੌਂਗ ਦੀ ਜਰਨੀ ਸਟਾਰਟ ਹੁੰਦੀ। ਦਿਲਜੀਤ ਦੋਸਾਂਝ ਹੋਣਾ ਕੋਈ ਇਸ ਤਰ੍ਹਾਂ ਦੇ ਪਲ ਜਿਹੜੇ ਕਿ ਅਲੱਗ ਹੋਣ ਸ਼ੂਟਿੰਗ ਤੋਂ ਇਲਾਵਾ? ਹਾਂਜੀ, ਸ਼ੂਟਿੰਗ ਤੋਂ ਇਲਾਵਾ ਜਦੋਂ ਸਾਡੀ ਡਿਸਕਸ਼ਨ ਹੁੰਦੀ ਸੀ, ਜਦੋਂ ਕੋਈ ਵੀ ਸੀਨ ਹੁੰਦਾ ਸੀ, ਇਮਤਿਆਜ਼ ਅਲੀ ਸਾਹਿਬ ਜਿਹੜੇ ਇਮਤਿਆਜ਼ ਅਲੀ ਸਰ ਹੁੰਦੇ ਸੀ ਸੀਨ ਤੋਂ ਪਹਿਲਾਂ ਜੋ ਡਿਸਕ੍ਰਾਈਬ ਕਰਦੇ ਸੀ, ਕੋਈ ਵੀ ਸੀਨ ਹੁੰਦਾ ਸੀ ਉਹ ਟੈਲੀਫੋਨ ਦਾ ਜੋ ਕਨਵਰਜੇਸ਼ਨ ਦਾ ਜੋ ਸੀਨ ਹੈ ਉਹ ਡਿਸਕਸ ਕਰਦੇ ਸੀਗੇ ਮੇਰੇ ਨਾਲ ਅਤੇ ਦਲਜੀਤ ਭਾਅ ਜੀ ਦੇ ਨਾਲ। ਬਹੁਤ ਇੰਟਰਸਟਿੰਗ ਹੁੰਦਾ ਸੀ, ਉਹਦੇ ਵਿੱਚ ਅਸੀਂ ਹਾਸਾ ਮਜ਼ਾਕ ਵੀ ਕਰਦੇ ਸੀਗੇ, ਦਲਜੀਤ ਭਾਅ ਜੀ ਵਧੀਆ ਤਰੀਕੇ ਦੇ ਨਾਲ ਸੀਨ ਨੂੰ ਨਰੇਟ ਕਰਨ ਦੇ ਵਿੱਚ ਹਿੱਸਾ ਲੈਂਦੇ ਸੀ। ਸੋ ਮੈਨੂੰ ਲੱਗਦਾ ਕਿ ਵੀ ਇੱਕ ਵੱਡੇ ਅਹੁਦੇ 'ਤੇ ਪਹੁੰਚ ਕੇ ਕੋਈ ਕਲਾਕਾਰ ਕਿਸੇ ਨੂੰ ਕੰਫਰਟੇਬਲ ਕਰਨਾ ਤਾਂ ਵਧੀਆ ਕਰਦਾ। ਹੋਰ ਕਿਹੜੀਆਂ ਕਿਹੜੀਆਂ ਫਿਲਮਾਂ ਕਰ ਚੁੱਕੇ ਹੋ ਤੁਸੀਂ ਹੁਣ ਤੱਕ? ਜੀ, ਮੈਂ ਸਭ ਤੋਂ ਪਹਿਲੀ ਫਿਲਮ ਹੀ ਦਲਜੀਤ ਦੇ ਨਾਲ ਕੀਤੀ, ਦਲਜੀਤ ਭਾਈ ਦੇ ਨਾਲ ਨੈੱਟਫਲਿਕਸ ਦੀ ਜੋਗੀ ਫਿਲਮ ਕੀਤੀ ਹੈ। ਉਸ ਤੋਂ ਬਾਅਦ ਪਿਛਲੇ ਦਿਨ ਹੀ ਰਿਲੀਜ਼ ਹੋਈ ਹੈ ਜੀ ਵੀਰ ਸਾਵਰਕਰ ਫਿਲਮ ਰਣਦੀਪ ਹੁੱਡਾ ਜੀ ਦੇ ਨਾਲ, 22 ਮਾਰਚ ਨੂੰ ਰਿਲੀਜ਼ ਹੋਈ ਹੈ, ਉਹ ਸਾਰਿਆਂ ਨੇ ਵੇਖ ਲਈ ਹੈ। ਅਤੇ ਹੁਣ ਜੋ 12 ਅਪ੍ਰੈਲ ਨੂੰ ਰਿਲੀਜ਼ ਹੋਈ ਚਮਕੀਲਾ ਨੈੱਟਫਲਿਕਸ 'ਤੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਗਲੋਬਲ ਹਿੱਟ ਨੰਬਰ 1 'ਤੇ ਚੱਲਦੀ ਪਈ ਹੈ। ਬਹੁਤ ਸ਼ੁਕਰੀਆ। ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕੋਈ? ਹਾਂਜੀ, ਮੈਨੂੰ ਲੱਗਦਾ ਕਿ ਵੀ ਜਿਨ੍ਹਾਂ ਜਿਨ੍ਹਾਂ ਨੂੰ ਸਟੋਰੀ ਨਹੀਂ ਪਤਾ ਚਮਕੀਲਾ ਅਤੇ ਸਵਰਨ ਸਿੰਘ ਸਿਰਿਆ ਦਾ, ਉਹਦੇ ਸਟੋਰੀ ਦੇ ਵਿੱਚ ਕੀ ਅਹਿਮ ਰੋਲ ਸੀ, ਸਾਰੇ ਸਰੋਤੇ ਅਗਰ ਦੇਖਣਗੇ ਤਾਂ ਉਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪਤਾ ਲੱਗੇਗਾ ਕਿ ਵੀ ਉਹ ਸਵਰਨ ਸਿੰਘ ਸਿਰਿਆ ਹੈ ਕੌਣ ਸੀ ਅਤੇ ਉਹਦੀ ਜ਼ਿੰਦਗੀ 'ਚ ਕੀ ਮਾਇਨੇ ਰੱਖਦਾ ਸੀ।